ਸਤਿ ਸ਼੍ਰੀ ਅਕਾਲ ਜੀ, ਹਮਦਰ ਟੀਵੀ ਤੇ ਵਿਚੋਲਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੰਦੀਪ ਤੇ ਮੈਂ ਹਾਂ ਗੁਰਜੀਤ ਕੌਰ, ਤੇ ਅਸੀਂ ਅੱਜ ਫੇਰ ਲੈ ਕੇ ਆਏ ਹਾਂਗੇ ਐਪੀਸੋਡ ਨੰਬਰ 397, ਤੇ ਸਾਡਾ ਡੇਟ ਹੈਗੀ ਆ ਕਿ ਜੁਲਾਈ 5th। ਤੁਸੀਂ ਜੇ ਯੂਟਿਊਬ ਤੇ ਸਾਡਾ ਐਪੀਸੋਡ ਲੱਭਣਾ ਗਾ ਤਾਂ ਐਪੀਸੋਡ ਨੰਬਰ 397 ਹੈ। ਤੇ ਇਹਦੇ ਨਾਲ ਹੀ ਜੇਕਰ ਤੁਹਾਨੂੰ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚੋਂ ਕੋਈ ਵੀ ਰਿਸ਼ਤਾ ਵਧੀਆ ਲੱਗਦਾ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਡਾਇਰੈਕਟ ਕਾਲ ਕਰਕੇ ਆਪਣੀ ਇੱਕ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਹੋ। ਹਾਂਜੀ, ਅਤੇ ਆਪਾਂ ਬਾਰ ਬਾਰ ਤਾਂ ਹੀ ਡੇਟ ਅਤੇ ਐਪੀਸੋਡ ਨੰਬਰ ਵੀ ਦੱਸ ਦੇਵਾਂਗੇ, ਕਿਉਂਕਿ ਦਰਸ਼ਕ ਕਈ ਲੋਕ ਪਿਛਲੇ ਐਪੀਸੋਡ ਹੀ ਖੋਲ੍ਹ ਕੇ ਉਹਨਾਂ ਕਲਾਇੰਟਸ ਨੂੰ ਕਾਲ ਕਰੀ ਜਾਂਦੇ ਆ ਜਿਨ੍ਹਾਂ ਨੇ ਕਈ ਕਈ ਸਾਲ ਪਹਿਲਾਂ ਵੀ ਐਡ ਦਿੱਤੀ ਵੀ ਹੈਗੀ, ਤਾਂ ਸਾਨੂੰ ਉਹਨਾਂ ਦੇ ਫੋਨ ਆਉਂਦੇ ਆ ਵੀ ਸਾਡੇ ਤਾਂ ਵਿਆਹ ਵੀ ਹੋ ਚੁੱਕੇ ਨੇ, ਮੈਰਿਜ ਬੱਚੇ ਵੀ ਨੇਗੇ, ਤਾਂ ਕਰਕੇ ਅਸੀਂ ਰਿਕੁਐਸਟ ਕਰਦੇ ਹਾਂ ਵੀ ਤੁਸੀਂ ਰੀਸੈਂਟ ਐਪੀਸੋਡ ਹੀ ਖੋਲ੍ਹ ਕੇ ਦੇਖਿਆ ਕਰੋ ਪਲੀਜ਼। ਬਿਲਕੁਲ, ਯੂਟਿਊਬ 'ਤੇ ਜਦੋਂ ਤੁਸੀਂ ਸਰਚ ਕਰਦੇ ਹੋ ਨੀਚੇ ਐਪੀਸੋਡ ਨੰਬਰ ਲਿਖਿਆ ਹੁੰਦਾ, ਉਹ ਦੇਖ ਕੇ ਹੀ ਤੁਸੀਂ ਜਿਹੜਾ ਆਪਣਾ ਰਿਸ਼ਤੇ 'ਤੇ ਕਾਲ ਕਰ ਸਕਦੇ ਹੋ। ਹਾਂਜੀ, ਅਤੇ ਅੱਜ ਲਈ ਆਪਾਂ ਐਪੀਸੋਡ ਸ਼ੁਰੂ ਕਰੀਏ। ਪਹਿਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਲਈ, ਅਤੇ ਲੜਕੇ ਦੀ ਫੋਟੋ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਕਨੇਡੀਅਨ ਸਿਟੀਜ਼ਨ ਜਟਸਿਖ ਬਰਾੜ, 1989 ਬੋਰਨ, ਕੱਦ ਹੈ 6'1", BCA ਇੰਡੀਆ ਤੋਂ ਕੀਤੀ ਹੈ ਅਤੇ ਕੈਨੇਡਾ ਤੋਂ ਕੰਪਿਊਟਰ ਨੈਟਵਰਕਿੰਗ ਡਿਪਲੋਮਾ ਕੀਤਾ ਹੈ। IT ਪ੍ਰੋਫੈਸ਼ਨਲ ਦੀ ਵਧੀਆ ਜੌਬ ਕਰਦੇ ਹੈਂਡਸਮ ਨਸ਼ਿਆਂ ਤੋਂ ਰਹਿਤ ਲੜਕੇ ਲਈ ਕੈਨੇਡਾ ਤੋਂ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵਿਜ਼ਟਰ ਜਾਂ ਵਰਕ ਪਰਮਿਟ ਆਈ ਲੜਕੀ 'ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਲੜਕੀ ਦੀ ਉਮਰ 30 ਸਾਲ ਤੋਂ ਘੱਟ ਅਤੇ ਘੱਟੋ ਘੱਟ 5'5" ਲੰਮੀ ਹੋਣੀ ਚਾਹੀਦੀ ਹੈ। ਲੜਕੇ ਕੋਲ ਇੰਡੀਆ ਅਤੇ ਕੈਨੇਡਾ ਵਿੱਚ ਆਪਣਾ ਘਰ ਹੈ ਅਤੇ ਹੋਰ ਪ੍ਰੋਪਰਟੀ ਵੀ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਕੋਂਟੈਕਟ ਕਰਨ ਲਈ ਨੰਬਰ ਹੈ ਜੀ 1-3659985501 ਜਾਂ 3659989898। ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਲੜਕੀ ਦੀ ਲੋੜ ਲਈ। ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਢਿੱਲੋਂ, 1990 ਬੋਰਨ, ਕੱਦ 5'9", ਕੈਨੇਡਾ ਤੋਂ ਗ੍ਰੈਜੂਏਟ, ਆਪਣਾ ਵਧੀਆ ਬਿਜ਼ਨਸ ਕਰਦੇ ਹੈਂਡਸਮ ਨਸ਼ਿਆਂ ਤੋਂ ਰਹਿਤ, ਇੰਡੀਆ ਅਤੇ ਕੈਨੇਡਾ ਵਿੱਚ ਪ੍ਰੋਪਰਟੀ ਦੇ ਮਾਲਕ ਲੜਕੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵਿਜ਼ਿਟਰ ਜਾਂ ਵਰਕ ਪਰਮਿਟ 'ਤੇ ਕੈਨੇਡਾ ਆਈ ਲੜਕੀ ਅਤੇ ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੀ 'ਤੇ ਵੀ ਵਿਚਾਰ ਕੀਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਮੁਆਫ਼ ਕਰਨ, ਸੰਪਰਕ ਕਰਨ ਦੇ ਲਈ ਕਾਲ ਕਰ ਸਕਦੇ ਹੋ 1-778-552-0792 ਜਾਂ ਫਿਰ 1-778-552-6939। ਅਗਲਾ ਰਿਸ਼ਤਾ ਵੀ ਲੜਕੀ ਦੀ ਲੋੜ ਲਈ ਹੈ। ਕਨੇਡੀਅਨ ਜੰਪਲ ਜਟਸਿਖ ਬਰਾੜ, ਉਮਰ 30 ਸਾਲ, ਕੱਦ ਹੈ 6', ਹੈਂਡਸਮ ਨਸ਼ਿਆਂ ਤੋਂ ਰਹਿਤ, ਵਧੀਆ ਜੌਬ ਕਰ ਰਹੇ, ਆਪਣੇ ਵੈਲ ਸੈਟਲ ਪਰਿਵਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਲੜਕੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਘੱਟੋ ਘੱਟ 5'4" ਲੰਮੀ ਲੜਕੀ ਦੀ ਲੋੜ ਹੈ। ਸਟੂਡੈਂਟ ਵਿਜ਼ਟਰ ਜਾਂ ਵਰਕ ਪਰਮਿਟ ਆਈ ਲੜਕੀ 'ਤੇ ਵੀ ਵਿਚਾਰ ਕੀਤੀ ਜਾਵੇਗੀ। ਅਤੇ ਲੜਕੀ ਦੇ ਪਰਿਵਾਰ ਵਾਲੇ ਉਹਨਾਂ ਨੂੰ ਜੋ ਕਿ ਕੈਲਗਰੀ, ਵਿਨੀਪੈਗ ਜਾਂ ਵੈਨਕੂਵਰ ਰਹਿੰਦੀ ਹੋਵੇ ਜਾਂ ਮੂਵ ਹੋਣ ਦੀ ਚਾਹਵਾਨ ਹੋਵੇ, ਉਸ ਲੜਕੀ ਦੇ ਪਰਿਵਾਰ ਵਾਲੇ ਵੀ ਸੰਪਰਕ ਕਰ ਸਕਦੇ ਹਨ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਆਪਣੀ ਫੋਟੋ ਅਤੇ ਬਾਇਓਡਾਟਾ ਤੁਸੀਂ ਉਹਨਾਂ ਨੂੰ ਭੇਜ ਸਕਦੇ ਹੋ ਵਟਸਐਪ 'ਤੇ, ਅਤੇ ਨਾਲ ਕੰਟੈਕਟ ਕਰ ਸਕਦੇ ਹੋ 6-04-818-5780, ਇਸ 'ਤੇ ਵਟਸਐਪ ਵੀ ਚੱਲਦਾ ਹੈ। ਅਗਲਾ ਰਿਸ਼ਤਾ ਹੈ ਜੀਵਨ ਸਾਥਣ ਦੀ ਲੋੜ ਲਈ। ਅਮੈਰੀਕਨ ਸਿਟੀਜ਼ਨ ਲੁਬਾਣਾ, ਅੰਮ੍ਰਿਤਧਾਰੀ ਸਿੱਖ, ਉਮਰ 46 ਸਾਲ, ਕੱਦ 6'3", BS ਕੰਪਿਊਟਰ ਸਾਇੰਸ, ਗੌਰਮੈਂਟ ਸੈਕਟਰ ਵਿੱਚ ਕੰਪਿਊਟਰ ਸਿਸਟਮਸ ਮੈਨੇਜਰ ਦੀ ਵਧੀਆ ਜੌਬ ਕਰਦੇ, ਹੈਂਡਸਮ ਪਰਿਵਾਰ ਨਾਲ ਰਹਿ ਰਹੇ, ਤਲਾਕਸ਼ੁਦਾ, ਇੱਕ 13 ਸਾਲ ਦਾ ਬੇਟਾ ਨਾਲ ਹੈ,
ਵਾਰ ਲਈ ਅਮਰੀਕਾ ਜਾਂ ਕੈਨੇਡਾ ਤੋਂ ਪੜ੍ਹੀ ਲਿਖੀ ਪਰਿਵਾਰ ਨਾਲ ਰਹਿਣ ਦੀ ਚਾਹਵਾਨ, ਹੈਲਦੀ ਲਾਈਫ ਸਟਾਈਲ ਨਾਲ ਰਹਿੰਦੀ, ਵੈਸ਼ਨੂ ਜੀਵਨ ਸਾਥਣ ਦੀ ਲੋੜ ਹੈ, ਅਮਰੀਕਾ ਰਹਿੰਦੀ ਜਾਂ ਮੂਵ ਹੋਣ ਦੀ ਚਾਹਵਾਨ ਅਤੇ ਅੰਮ੍ਰਿਤਧਾਰੀ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਜਾਤ ਪਾਤ ਦਾ ਕੋਈ ਬੰਧਨ ਨਹੀਂ ਹੈ, ਬਿਨਾਂ ਬੱਚੇ ਤੋਂ ਤਲਾਕਸ਼ੁਦਾ 'ਤੇ ਵੀ ਵਿਚਾਰ ਕੀਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਮੁਆਫ ਕਰਨ, ਰਿਸ਼ਤਾ ਜੋੜਨ ਲਈ ਤੁਸੀਂ ਸੰਪਰਕ ਕਰ ਸਕਦੇ ਹੋ 1-646-591-7849 ਜਾਂ ਫਿਰ ਈਮੇਲ ID 'ਤੇ ਵੀ ਸੰਪਰਕ ਕਰ ਸਕਦੇ ਹੋ sukhsingh12@gmail.com। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡਾ ਵਿੱਚ ਵਰਕ ਪਰਮਿਟ 'ਤੇ ਆਏ PR ਅਪਲਾਈਡ ਸਟੇਟਸ ਨਾਲ ਰਹਿ ਰਹੇ ਜੱਟ ਸਿੱਖ, 1996 ਬੋਰਨ, ਕੱਦ ਹੈ 5'11", ਦਸਤਾਰਧਾਰੀ, ਹੈਂਡਸਮ, ਨਸ਼ਿਆਂ ਤੋਂ ਰਹਿਤ, BTECH ਕੰਪਿਊਟਰ ਇੰਜੀਨੀਅਰਿੰਗ ਕੀਤੀ ਹੈ ਇੰਡੀਆ ਤੋਂ ਅਤੇ ਕੈਨੇਡਾ ਤੋਂ ਵੈੱਬ ਨੈੱਟਵਰਕਿੰਗ ਡਿਪਲੋਮਾ ਹੋਲਡਰ, ਇਸ ਸਮੇਂ ਮਲਟੀਨੈਸ਼ਨਲ ਲੌਜਿਸਟਿਕਸ ਕੰਪਨੀ ਵਿੱਚ ਵਧੀਆ ਜੋਬ ਕਰ ਰਹੇ ਲੜਕੇ ਲਈ, ਕੈਨੇਡਾ ਤੋਂ ਜਾਂ ਅਮੈਰੀਕਾ ਤੋਂ ਪ੍ਰੋਫੈਸ਼ਨਲੀ ਕੁਆਲੀਫਾਈਡ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਅਤੇ ਅਮੈਰੀਕਾ ਵਿੱਚ ਵੈੱਲ ਸੈਟਲਡ ਹੈ ਅਤੇ ਉਹਨਾਂ ਦੀਆਂ ਪੇਂਡੂ ਅਤੇ ਸ਼ਹਿਰੀ ਜਾਇਦਾਦਾਂ ਵੀ ਹਨ। ਪਰਿਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਕੋਂਟੈਕਟ ਕਰਨ ਲਈ ਉਹਨਾਂ ਨੂੰ ਤੁਸੀਂ ਅਮੈਰੀਕਾ ਦੇ ਟਾਈਮ ਅਨੁਸਾਰ ਕੋਂਟੈਕਟ ਕਰ ਸਕਦੇ ਹੋ ਅਤੇ ਸ਼ਿਕਾਗੋ ਰਹਿੰਦੇ ਹਨ ਉਹ। ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ ਤੁਸੀਂ ਵਟਸਐਪ 'ਤੇ ਸੰਪਰਕ ਕਰੋ। ਨੰਬਰ ਹੈ ਜੀ +91 9815649345 ਜਾਂ ਦੂਸਰਾ ਨੰਬਰ ਹੈ ਅਮੈਰੀਕਾ ਦਾ 1-847-337-3250। ਰਿਸ਼ਤਾ ਪੜ੍ਹਨ ਜਾ ਰਹੀ ਹਾਂ ਜੀ ਲੜਕੀ ਦੀ ਲੋੜ ਲਈ। ਕੈਨੇਡਾ ਵਿੱਚ ਸਟੂਡੈਂਟ ਵੀਜ਼ੇ 'ਤੇ ਆਏ ਜੱਟ ਸਿੱਖ ਅੰਮ੍ਰਿਤਧਾਰੀ ਸਿੱਧੂ, ਉਮਰ 26 ਸਾਲ, ਕੱਦ 6 ਫੁੱਟ, ਇੰਡੀਆ ਤੋਂ BCA, ਕੈਨੇਡਾ ਤੋਂ ਕੰਪਿਊਟਰ ਡਿਪਲੋਮਾ ਕਰਦੇ ਅਤੇ ਨਾਲ ਵਧੀਆ ਜੋਬ ਕਰਦੇ। ਹੈਂਡਸਮ ਲੜਕੇ ਲਈ ਕੈਨੇਡਾ ਤੋਂ ਸਿਟੀਜ਼ਨ ਜਾਂ PR, ਚੰਗੇ ਪਰਿਵਾਰ ਨਾਲ ਸੰਬੰਧਿਤ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਲੜਕੇ ਦੀਆਂ ਦੋਵੇਂ ਭੈਣਾਂ ਕੈਨੇਡਾ ਦੇ ਵਿੱਚ ਮੈਰਿਡ ਹਨ ਅਤੇ ਵੈੱਲ ਸੈਟਲ ਹਨ। ਪੇਰੈਂਟਸ ਵੀ ਵਿਜ਼ਿਟਰ ਵੀਜ਼ੇ 'ਤੇ ਕੈਨੇਡਾ ਆਏ ਹੋਏ ਹਨ। ਮੈਰਿਜ ਬਿਊਰੋ ਵਾਲੇ ਮੁਆਫ ਕਰਨ, ਹੋਰ ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ 6478078766 ਜਾਂ ਫਿਰ ਦੂਸਰਾ ਨੰਬਰ ਹੈ +91 9915223158। ਅਗਲਾ ਰਿਸ਼ਤਾ ਹੈ ਜੀ ਵਰਦੀ ਲੋੜ ਲਈ। ਕੈਨੇਡੀਅਨ PR ਜੱਟ ਸਿੱਖ ਗਿੱਲ, June 1990 ਬੋਰਨ, 1990, ਕੱਦ ਹੈ 5'6", ਇੰਡੀਆ ਤੋਂ ਮਾਸਟਰਸ ਇਨ ਫਾਰਮੇਸੀ ਅਤੇ ਕੈਨੇਡਾ ਤੋਂ ਲੈਬ ਟੈਕਨੀਸ਼ੀਅਨ ਡਿਪਲੋਮਾ ਹੋਲਡਰ, ਫਾਰਮੇਸੀ ਵਿੱਚ ਵਧੀਆ ਜੋਬ ਕਰਦੀ ਸੋਹਣੀ ਸੁਨੱਖੀ ਪਰਿਵਾਰਕ, ਵਿਆਹ ਤੋਂ ਕੁਝ ਸਮਾਂ ਬਾਅਦ ਹੀ ਬੇਕਸੂਰ ਤਲਾਕਸ਼ੁਦਾ ਲੜਕੀ ਲਈ, ਕੈਨੇਡਾ ਜਾਂ ਅਮੈਰੀਕਾ ਤੋਂ ਸਿਟੀਜ਼ਨ, PR ਜਾਂ ਵਰਕ ਪਰਮਿਟ 'ਤੇ ਆਏ, ਪ੍ਰੋਫੈਸ਼ਨਲੀ ਕੁਆਲੀਫਾਈਡ ਐਂਡ ਐਮਪਲੋਇਡ ਜਾਂ ਬਿਜ਼ਨਸ ਕਰਦੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੇ 'ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੀ ਦਾ ਪਰਿਵਾਰ ਵੈੱਲ ਸੈਟਲਡ ਹੈ। ਐਲਬਰਟਾ ਦੇ ਲੜਕੇ ਨੂੰ ਉਹ ਪਹਿਲ ਦੇਣੀ ਚਾਹੁੰਦੇ ਹਨ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਤੰਗ ਨਾ ਕਰਨ। ਫੋਨ ਨੰਬਰ ਹੈ ਜੀ ਕੋਂਟੈਕਟ ਕਰਨ ਲਈ 1-825-975-2312 ਅਤੇ ਇੱਕ ਉਹਨਾਂ ਨੇ ਈਮੇਲ ਐਡਰੈਸ ਵੀ ਦਿੱਤਾ ਹੈ SIMER.GILL3121@gmail.com। ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡਾ ਵਿੱਚ ਵਿਜ਼ਿਟਰ ਵੀਜ਼ੇ 'ਤੇ ਆਏ ਜੱਟ ਸਿੱਖ, ਉਮਰ 32 ਸਾਲ, ਕੱਦ 5'9", ਇੰਡੀਆ ਵਿੱਚ ਕਾਫੀ ਪ੍ਰੋਪਰਟੀ ਦੇ ਮਾਲਕ, ਪੜ੍ਹੇ ਲਿਖੇ,
ਨਸ਼ਿਆਂ ਤੋਂ ਰਹਿਤ ਹੈਂਡਸਮ ਲੜਕੇ ਲਈ ਕੈਨੇਡਾ ਤੋਂ ਸਿਟੀਜ਼ਨ PR ਜਾਂ ਵਰਕ ਪਰਮਿਟ 'ਤੇ ਕੈਨੇਡਾ ਆਈ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਦੇ ਵਿੱਚ ਰਹਿੰਦਾ ਹੈ, ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੀ 'ਤੇ ਵੀ ਵਿਚਾਰ ਕੀਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਇਹਨਾਂ ਨੂੰ ਪਰੇਸ਼ਾਨ ਨਾ ਕਰਨ ਜੀ। ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ 1204-962-2191। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਅਮੈਰੀਕਨ ਸਿਟੀਜ਼ਨ ਜੱਟ ਸਿੱਖ ਬੈਨੀਪਾਲ, ਨਵੰਬਰ 1982 ਬੋਰਨ, ਕੱਦ ਹੈ 6'1", ਸੈਲਫ ਐਮਪਲੋਇਡ, ਹੈਂਡਸਮ, ਚੰਗੀ ਪਰਸਨੈਲਿਟੀ ਵਾਲੇ, ਨਸ਼ਿਆਂ ਤੋਂ ਰਹਿਤ, ਨੈਵਰ ਮੈਰਿਡ, ਇੰਡੀਆ 'ਚ ਕਾਫੀ ਸ਼ਹਿਰੀ ਜਾਇਦਾਦ ਦੇ ਮਾਲਕ ਲੜਕੇ ਲਈ ਅਮੈਰੀਕਾ ਜਾਂ ਕੈਨੇਡਾ ਤੋਂ ਅਮੈਰੀਕਾ ਮੂਵ ਹੋਣ ਦੀ ਚਾਹਵਾਨ, ਪੜ੍ਹੀ ਲਿਖੀ, ਸੋਹਣੀ, ਪਰਿਵਾਰਕ, ਘੱਟੋ ਘੱਟ 5'5" ਲੰਮੀ ਲੜਕੀ ਦੀ ਲੋੜ ਹੈ। ਸਟੂਡੈਂਟ ਵਿਜ਼ਟਰ ਜਾਂ ਵਰਕ ਪਰਮਿਟ 'ਤੇ ਆਈ ਜਾਂ ਇੰਡੀਆ ਤੋਂ ਵਿਜ਼ਟਰ ਆਈ BSc ਨਰਸਿੰਗ ਵਾਲੀ ਲੜਕੀ 'ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੇ ਦਾ ਪਰਿਵਾਰ ਅਮੈਰੀਕਾ ਵਿੱਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਤੰਗ ਨਾ ਕਰਨ। ਆਪਣੀ ਫੋਟੋ ਭੇਜ ਕੇ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨੰਬਰ ਨੋਟ ਕਰ ਲਓ ਜੀ 1-484-340-2802 ਜਾਂ 1-778-814-7573। ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡੀਅਨ ਜੰਪਲ, ਰਾਜਪੂਤ, ਜੱਟ ਸਿੱਖ, 1996 ਬੋਰਨ, ਕੱਦ 6'2", ਅਕਾਊਂਟੈਂਟ ਦੀ ਵਧੀਆ ਜੌਬ ਕਰਦੇ ਅਤੇ ਨਾਲ CPA ਦੀ ਡਿਗਰੀ ਕਰ ਰਹੇ, ਹੈਂਡਸਮ, ਨਸ਼ਿਆਂ ਤੋਂ ਰਹਿਤ, ਲੜਕੇ ਲਈ ਕੈਨੇਡਾ ਤੋਂ ਪ੍ਰੋਫੈਸ਼ਨਲੀ ਕੁਆਲੀਫਾਈਡ, ਸੋਹਣੀ ਸੁਨੱਖੀ, ਪਰਿਵਾਰਕ, ਸਿੱਖ ਪਰਿਵਾਰ ਲੜਕੀ ਦੀ ਲੋੜ ਹੈ। ਲੜਕੀ ਜੰਪਲ ਜਾਂ ਛੋਟੀ ਹੁੰਦੀ ਆਈ ਅਤੇ ਕੈਨੇਡਾ ਵਿੱਚ ਪਲੀ ਬੜੀ ਹੋਵੇ। ਲੜਕੇ ਦਾ ਪਰਿਵਾਰ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਸੰਪਰਕ ਕਰਨ ਦੇ ਲਈ ਕਾਲ ਕਰ ਸਕਦੇ ਹੋ 6472088182। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਸਰੀ, ਕੈਨੇਡਾ 'ਚ ਵਰਕ ਪਰਮਿਟ 'ਤੇ ਆਏ ਸੈਨੀ ਸਿੱਖ, ਉਮਰ 37, ਕੱਦ ਹੈ 5'6", BA, ਪ੍ਰੋਫੈਸ਼ਨਲ ਮਾਸਟਰ ਸੈਲਫ ਡਿਪਲੋਮਾ ਹੋਲਡਰ, ਵਧੀਆ ਜੌਬ ਕਰ ਰਹੇ, ਨੈਵਰ ਮੈਰਿਡ, ਹੈਂਡਸਮ, ਦਸਤਾਰਧਾਰੀ, ਵੈਸ਼ਨੂ ਲੜਕੇ ਲਈ ਕੈਨੇਡਾ ਤੋਂ ਸਿਟੀਜ਼ਨ ਜਾਂ PR, ਪੜ੍ਹੀ ਲਿਖੀ, ਸੋਹਣੀ, ਪਰਿਵਾਰਕ ਲੜਕੀ ਦੀ ਲੋੜ ਹੈ। ਸੈਨੀ, ਜੱਟ ਸਿੱਖ ਜਾਂ ਅਤੇ ਸਰੀ ਜਾਂ ਵੈਨਕੂਵਰ ਵਿੱਚ ਰਹਿੰਦੀ ਜਾਂ ਮੂਵ ਹੋਣ ਦੀ ਚਾਹਵਾਨ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਕੈਨੇਡੀਅਨ ਸਿਟੀਜ਼ਨ ਜਾਂ PR, ਤਲਾਕਸ਼ੁਦਾ, ਉਮਰ 30-35 ਸਾਲ ਦੇ ਵਿਚਕਾਰ ਹੋਵੇ, ਉਸ ਲੜਕੀ 'ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਇੰਡੀਆ, ਲੜਕੇ ਕੋਲ 6 acres ਜ਼ਮੀਨ ਹੈ ਅਤੇ ਹੋਰ ਪ੍ਰੋਪਰਟੀ ਵੀ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਤੰਗ ਨਾ ਕਰਨ। ਵਧੇਰੇ ਜਾਣਕਾਰੀ ਲਈ ਉਹਨਾਂ ਦਾ ਨੰਬਰ ਨੋਟ ਕਰ ਲਓ ਜੀ 1-236-858-2190 ਜਾਂ 604-902-9357 ਅਤੇ ਇੱਕ ਹੋਰ ਨੰਬਰ ਹੈ 778-522-9251। ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡੀਅਨ ਜੰਪਲ, ਜੱਟ ਸਿੱਖ, ਉਮਰ 30, ਕੱਦ 5'11", ਵੱਡੀ ਕੰਪਨੀ ਵਿੱਚ ਇੰਜੀਨੀਅਰ ਦੀ ਵਧੀਆ ਜੌਬ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ, ਲੜਕੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਬਰਾਬਰ ਦੀ ਯੋਗਤਾ ਵਾਲੀ, ਸੋਹਣੀ ਸੁਨੱਖੀ, ਪਰਿਵਾਰਕ, ਜੰਪਲ ਜਾਂ ਛੋਟੀ ਹੁੰਦੀ ਆਈ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ 40 ਤੋਂ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਸੰਪਰਕ ਕਰ ਸਕਦੇ ਹੋ 1-604-671-3883। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡਾ 'ਚ ਵਰਕ ਪਰਮਿਟ 'ਤੇ ਆਏ ਜੱਟ ਸਿੱਖ ਬਲ, ਦੁਆਬੇ ਨਾਲ ਸੰਬੰਧਿਤ, 1999 ਬੋਰਨ, ਕੱਦ ਹੈ 5'10", ਕੰਸਟਰਕਸ਼ਨ ਦੀ ਵਧੀਆ ਜੌਬ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ ਲੜਕੇ, ਵੈਸ਼ਨੂ,
ਇੰਡੀਆ 'ਚ 15 ਕਿੱਲੇ ਜ਼ਮੀਨ ਦੇ ਮਾਲਕ ਅਤੇ ਹੋਰ ਪ੍ਰੋਪਰਟੀ ਵੀ ਹੈ। ਪਰਿਵਾਰ ਨਾਲ ਰਹਿ ਰਹੇ ਲੜਕੇ ਲਈ ਕੈਨੇਡਾ ਤੋਂ ਸਿਟੀਜ਼ਨ ਜਾਂ PR ਲੜਕੀ ਦੀ ਲੋੜ ਹੈ। ਲੜਕੀ ਪੜ੍ਹੀ ਲਿਖੀ, ਸੋਹਣੀ ਅਤੇ ਪਰਿਵਾਰ ਨਾਲ ਰਹਿਣ ਦੀ ਚਾਹਵਾਨ ਹੋਵੇ। ਸਰੀ ਵਿੱਚ ਮੂਵ ਹੋਣ ਵਾਲੀ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਕੈਨੇਡੀਅਨ ਲੜਕੀ ਦੇ ਇੰਡੀਆ ਰਹਿੰਦੇ ਮਾਤਾ ਪਿਤਾ ਵੀ ਕਾਲ ਕਰ ਸਕਦੇ ਹਨ। ਲੜਕੇ ਦੀ ਭੈਣ ਕੈਨੇਡਾ 'ਚ ਮੈਰਿਡ ਹੈ ਅਤੇ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਤੰਗ ਨਾ ਕਰਨ। ਹੋਰ ਜਾਣਕਾਰੀ ਲਈ ਨੰਬਰ ਹੈ ਜੀ 403-690-3953। ਰਿਸ਼ਤਾ ਹੈ ਜੀ ਵਰ ਦੀ ਲੋੜ ਲਈ ਕੈਨੇਡੀਅਨ PR ਜੱਟ ਸਿੱਖ 62-1992 ਬੋਰਨ, ਕੱਦ 5'7", ਫਾਰਮੇਸੀ ਟੈਕਨੀਸ਼ੀਅਨ ਡਿਗਰੀ ਹੋਲਡਰ, ਹੋਸਪਿਟਲ ਵਿੱਚ ਵਧੀਆ ਜੋਬ ਕਰਦੀ ਅਤੇ ਨਾਲ ਫਾਰਮੇਸਿਸ ਦੇ ਪੇਪਰ ਦੀ ਤਿਆਰੀ ਕਰਦੀ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ ਕੈਨੇਡਾ ਤੋਂ ਬਰਾਬਰ ਯੋਗਤਾ ਵਾਲੇ ਹੈਂਡਸਮ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਸਟੂਡੈਂਟ ਜਾਂ ਵਰਕ ਪਰਮਿਟ 'ਤੇ ਆਏ ਲੜਕੇ 'ਤੇ ਵੀ ਵਿਚਾਰ ਕੀਤੀ ਜਾਵੇਗੀ। ਫਤਿਹਗੜ੍ਹ ਸਾਹਿਬ, ਲੁਧਿਆਣਾ, ਪਟਿਆਲਾ ਏਰੀਆ ਨੂੰ ਪਹਿਲ ਦਿੱਤੀ ਜਾਵੇਗੀ। ਲੜਕੀ ਦਾ ਪਰਿਵਾਰ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ ਅਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ਼ ਕਰਨ। ਸੰਪਰਕ ਕਰਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 6477136413, ਜਾਂ ਫਿਰ ਦੂਸਰਾ ਨੰਬਰ ਹੈ 6479391053। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਵਰਦੀ ਲੋੜ ਲਈ। ਕੈਨੇਡੀਅਨ ਸਿਟੀਜ਼ਨ ਜੱਟ ਸਿੱਖ, ਉਮਰ 37 ਸਾਲ, ਕੱਦ ਹੈਮਿਲਟਨ ਏਰੀਏ ਵਿੱਚ ਰਹਿੰਦੀ, ਵਿਆਹ ਤੋਂ ਕੁਝ ਸਮਾਂ ਬਾਅਦ ਹੀ ਬੇਕਸੂਰ ਤਲਾਕਸ਼ੁਦਾ, ਕੋਈ ਬੱਚਾ ਨਹੀਂ, ਰਜਿਸਟਰ ਨਰਸ ਦੀ ਵਧੀਆ ਜੋਬ ਕਰਦੀ, ਸੋਹਣੀ ਸੁਨੱਖੀ ਪਰਿਵਾਰ ਨਾਲ ਰਹਿ ਰਹੀ ਲੜਕੀ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪੜ੍ਹੇ ਲਿਖੇ, ਨਸ਼ਿਆਂ ਤੋਂ ਰਹਿਤ, ਉਮਰ 35-39 ਸਾਲ ਦੇ ਵਿਚਕਾਰ ਅਤੇ ਕੱਦ 5'9" ਤੋਂ 6' ਹੋਵੇ, ਵੈਸ਼ਨੂ ਵੈਲ ਸੈਟਲ ਜੱਟ ਸਿੱਖ ਲੜਕੇ ਦੀ ਲੋੜ ਹੈ, ਜੋ ਕਿ ਹੈਮਿਲਟਨ ਏਰੀਏ ਵਿੱਚ ਮੂਵ ਹੋਣ ਦਾ ਚਾਹਵਾਨ ਹੋਣਾ ਚਾਹੀਦਾ ਹੈ। ਬਿਨਾਂ ਬੱਚੇ ਤੋਂ ਤਲਾਕਸ਼ੁਦਾ 'ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਸੰਪਰਕ ਕਰਨ ਲਈ ਨੰਬਰ ਹੈ ਜੀ 416-527-1564 ਜਾਂ 416-577-0013। ਅਗਲਾ ਰਿਸ਼ਤਾ ਪੜ੍ਹਨ ਜਾ ਰਹੀਆਂ ਜੀ ਵਰਦੀ ਲੋੜ ਲਈ ਕੈਨੇਡੀਅਨ PR ਜੱਟ ਸਿੱਖ, 1993 ਬੋਰਨ, ਕੱਦ 5'6", ਮਾਲਵੇ ਲੁਧਿਆਣੇ ਨਾਲ ਸੰਬੰਧਿਤ, ਇੰਡੀਆ ਤੋਂ ਮਾਸਟਰਸ, ਕੈਨੇਡਾ ਤੋਂ IT ਡਿਪਲੋਮਾ ਹੋਲਡਰ, ਸੋਹਣੀ ਪਰਿਵਾਰਕ ਲੜਕੀ ਲਈ ਕੈਨੇਡਾ ਤੋਂ ਸਿਟੀਜ਼ਨ ਜਾਂ PR, ਵਰਕ ਪਰਮਿਟ 'ਤੇ ਆਏ, ਹੈਂਡਸਮ, ਨਸ਼ਿਆਂ ਤੋਂ ਰਹਿਤ, ਪ੍ਰੋਫੈਸ਼ਨਲੀ ਕੁਆਲੀਫਾਈਡ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਅਲਬਰਟਾ ਰਹਿੰਦੇ ਜਾਂ ਮੂਵ ਹੋਣ ਦੇ ਚਾਹਵਾਨ ਲੜਕੇ ਨੂੰ ਪਹਿਲ ਦਿੱਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਮਾਫ਼ ਕਰਨ। ਹੋਰ ਜਾਣਕਾਰੀ ਦੇ ਲਈ ਕਾਲ ਕਰ ਸਕਦੇ ਹੋ 1-825-888-6999। ਅਗਲਾ ਰਿਸ਼ਤਾ ਵੀ ਵਰਦੀ ਲੋੜ ਲਈ ਹੈ। ਕੈਨੇਡੀਅਨ ਸਿਟੀਜ਼ਨ ਰਾਮਦਾਸੀਆ ਸਿੱਖ, ਉਮਰ 31 ਸਾਲ, ਕੱਦ ਹੈ 5'5", ਸੋਹਣੀ ਸੁਨੱਖੀ ਪਰਿਵਾਰਕ, MBA ਡਿਗਰੀ ਹੋਲਡਰ, ਫਾਈਨੈਂਸ਼ੀਅਲ ਅਕਾਊਂਟਿੰਗ ਆਫਿਸ ਵਿੱਚ ਸੀਨੀਅਰ ਮੈਨੇਜਰ ਦੀ ਵਧੀਆ ਜੋਬ ਕਰ ਰਹੀ ਲੜਕੀ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਸਿਟੀਜ਼ਨ ਜਾਂ PR, ਪ੍ਰੋਫੈਸ਼ਨਲੀ ਕੁਆਲੀਫਾਈਡ ਐਂਡ ਇੰਪਲੋਇਡ ਜਾਂ ਬਿਜ਼ਨਸ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ, ਵੈਲ ਸੈਟਲ, ਸਿਰਫ ਗ੍ਰੈਜੂਏਟ ਲੜਕੇ ਦੀ ਲੋੜ ਹੈ। ਲੜਕੀ ਦੇ ਪਰਿਵਾਰ ਦਾ ਆਪਣਾ ਬਿਜ਼ਨਸ ਹੈ ਅਤੇ ਉਹ ਵੈਲ ਸੈਟਲਡ ਹਨ। ਜਾਤ ਪਾਤ ਦਾ ਕੋਈ ਬੰਧਨ ਨਹੀਂ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ ਅਤੇ ਸਿਰਫ ਸੀਰੀਅਸ ਲੋਕ ਹੀ ਉਹਨਾਂ ਨੂੰ ਸੰਪਰਕ ਕਰਨ। ਫੋਨ ਨੰਬਰ ਹੈ ਜੀ 647-242-9411। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਇੰਗਲੈਂਡ ਵਿੱਚ 14 ਸਾਲ ਰਹਿ ਕੇ ਆਏ, ਇਸ ਸਮੇਂ ਇੰਡੀਆ ਰਹਿੰਦੇ ਜੱਟ ਸਿੱਖ, 1987 ਬੋਰਨ,
5 ਫੁੱਟ 11 ਇੰਚ ਲੰਮੇ ਗ੍ਰੈਜੂਏਟ ਇੰਗਲੈਂਡ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਆਪਣਾ ਵਧੀਆ ਬਿਜ਼ਨਸ ਕਰਦੇ ਕਾਫੀ ਪ੍ਰੋਪਰਟੀਜ਼ ਦੇ ਮਾਲਕ ਅਤੇ ਕੈਨੇਡਾ ਵਿੱਚ ਵੀ ਘਰ ਅਤੇ ਬਿਜ਼ਨਸ ਵਿੱਚ ਇਨਵੈਸਟਮੈਂਟ ਹੈਂਡਸਮ ਨਸ਼ਿਆਂ ਤੋਂ ਰਹਿਤ ਨੈਵਰ ਮੈਰਿਡ ਲੜਕੇ ਲਈ ਕੈਨੇਡਾ ਅਮੈਰੀਕਾ ਜਾਂ ਇੰਡੀਆ ਤੋਂ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ ਲੜਕੇ ਦੀ ਭੈਣ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ ਮੈਰਿਜ ਬਿਊਰੋ ਵਾਲੇ ਮੁਆਫ ਕਰਨ ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ 416-669-8092 ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਲੜਕੀ ਦੀ ਲੋੜ ਲਈ ਕੈਨੇਡੀਅਨ ਵੈਲ ਸੈਟਲ ਰਾਮਗੜੀਆ ਸਿੱਖ ਪਰਿਵਾਰ ਨੂੰ ਆਪਣੇ ਕੈਨੇਡਾ ਵਿੱਚ ਜੰਮੇ ਪਲੇ ਬੇਟੇ ਉਮਰ 33 ਸਾਲ ਕੱਦ ਹੈ 5 ਫੁੱਟ 6 ਇੰਚ BA ਓਨਰਸ ਰੀਅਲ ਐਸਟੇਟ ਲਾਇਸੈਂਸ ਹੋਲਡਰ ਗੌਰਮੈਂਟ ਦੀ ਵਧੀਆ ਜੋਬ ਕਰਦੇ ਅਤੇ ਨਾਲ ਆਪਣਾ ਫੈਮਿਲੀ ਬਿਜ਼ਨਸ ਵੀ ਸੰਭਾਲ ਰਹੇ ਹੈਂਡਸਮ ਨਸ਼ਿਆਂ ਤੋਂ ਰਹਿਤ ਲੜਕੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਜੰਪਲ ਪੜ੍ਹੀ ਲਿਖੀ ਸੋਹਣੀ ਸੁਨੱਖੀ ਪਰਿਵਾਰਕ ਸਿੱਖ ਪਰਿਵਾਰ ਦੀ ਲੜਕੀ ਦੀ ਲੋੜ ਹੈ ਜਾਤ ਪਾਤ ਦਾ ਕੋਈ ਬੰਧਨ ਨਹੀਂ ਹੈ ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ ਵਧੇਰੇ ਜਾਣਕਾਰੀ ਲਈ ਉਹਨਾਂ ਦਾ ਕੋਂਟੈਕਟ ਨੰਬਰ ਹੈ ਜੀ 437-224-3412 ਜਾਂ 437-436-5233 ਅਗਲੇ ਸ਼ਹਿਰ ਵਾਰ ਦੀ ਲੋੜ ਲਈ ਅਮੈਰੀਕਾ ਵਿੱਚ ਵੈਲ ਸੈਟਲਡ ਜੱਟ ਸਿੱਖ ਤੂਰ ਪਰਿਵਾਰ ਦੀ ਸਿਟੀਜ਼ਨ ਬੇਟੀ 1989 ਬੋਰਨ ਕੱਦ 5 ਫੁੱਟ 8 ਇੰਚ ਮਨਹਟਨ ਨਿਊਯਾਰਕ ਦੀ ਫਾਈਨੈਂਸ ਕੰਪਨੀ ਵਿੱਚ ਡਾਇਰੈਕਟਰ ਦੀ ਵਧੀਆ ਜੋਬ ਕਰਦੀ ਬਹੁਤ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ ਅਮੈਰੀਕਾ ਜਾਂ ਕੈਨੇਡਾ ਤੋਂ ਸਿਟੀਜ਼ਨ ਜਾਂ PR ਪ੍ਰੋਫੈਸ਼ਨਲੀ ਕੁਆਲੀਫਾਈਡ ਐਂਡ ਇੰਪਲਾਇਡ ਹੈਂਡਸਮ ਨਸ਼ਿਆਂ ਤੋਂ ਰਹਿਤ ਕਲੀਨ ਸ਼ੇਵ ਵੈਲ ਸੈਟਲ ਪਰਿਵਾਰ ਦੇ ਲੜਕੇ ਦੀ ਲੋੜ ਹੈ ਮੈਰਿਜ ਬਿਊਰੋ ਵਾਲੇ ਮੁਆਫ਼ ਕਰਨ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ 1518-253-2204 ਜਾਂ ਫਿਰ ਆਪਣਾ ਬਾਇਓਡਾਟਾ ਅਤੇ ਫੋਟੋ ਈਮੇਲ ਕਰ ਸਕਦੇ ਹੋ mukhan3350@yahoo.com ਅਗਲਾ ਰਿਸ਼ਤਾ ਹੈ ਜੀ ਵੱਧਦੀ ਲੋੜ ਲਈ ਕੈਨੇਡੀਅਨ ਸਿਟੀਜ਼ਨ ਜੱਟ ਸਿੰਘ ਗਿੱਲ ਉਮਰ 27 ਸਾਲ ਕੱਦ ਹੈ 5 ਫੁੱਟ 4 ਇੰਚ BSc ਬਾਇਓਕੈਮ ਬੈਚਲਰ ਇਨ ਮਾਸਟਰਸ ਇਨ ਨਰਸਿੰਗ ਕਰਕੇ ਹਸਪਤਾਲ ਵਿੱਚ ਰਜਿਸਟਰਡ ਨਰਸ ਦੀ ਵਧੀਆ ਜੋਬ ਕਰ ਰਹੀ ਅਤੇ ਪਰਿਵਾਰ ਦੇ ਨਾਲ ਰਹਿੰਦੀ ਸੁੰਦਰ ਸੁਸ਼ੀਲ ਵੈਜੀਟੇਰੀਅਨ ਲੜਕੀ ਲਈ ਜੱਟ ਸਿੱਖ ਸ਼ਰਾਬ ਸਮੇਤ ਸਾਰੇ ਨਸ਼ਿਆਂ ਤੋਂ ਰਹਿਤ ਕੈਨੇਡੀਅਨ ਸਿਟੀਜ਼ਨ ਜਾਂ PR ਪੜ੍ਹੇ ਲਿਖੇ ਜੋਬ ਕਰ ਰਹੇ ਵੈਲ ਸੈਟਲ ਪਰਿਵਾਰ ਦੇ ਲੜਕੇ ਦੀ ਲੋੜ ਹੈ ਓਨਟੈਰੀਓ ਵਿੱਚ ਰਹਿੰਦੇ ਜਾਂ ਇੱਥੇ ਮੂਵ ਹੋਣ ਦੇ ਚਾਹਵਾਂ ਲੜਕੇ ਨੂੰ ਪਹਿਲ ਦਿੱਤੀ ਜਾਵੇਗੀ ਮੈਰਿਜ ਬਿਊਰੋ ਵਾਲੇ ਗਲਤੀ ਨਾਲ ਵੀ ਉਹਨਾਂ ਨੂੰ ਸੰਪਰਕ ਨਾ ਕਰਨ ਰਿਸ਼ਤਾ ਜੋੜਨ ਦੇ ਚਾਹਵਾਂ ਲਈ ਨੰਬਰ ਹੈ ਜੀ 647-770-8817 ਰਿਸ਼ਤਾ ਲੜਕੀ ਦੀ ਲੋੜ ਲਈ ਅਮੈਰੀਕਾ ਵਿੱਚ ਵੈਲ ਸੈਟਲਡ ਗੁਰਸਿੱਖ ਪਰਿਵਾਰ ਆਪਣੇ ਪ੍ਰੋਫੈਸ਼ਨਲੀ ਕੁਆਲੀਫਾਈਡ ਅੰਮ੍ਰਿਤਧਾਰੀ ਬੇਟੇ ਉਮਰ 36 ਸਾਲ ਕੱਦ 5 ਫੁੱਟ 11 ਇੰਚ ਅਮੈਰੀਕਾ ਤੋਂ ਮਾਸਟਰਸ ਡਿਗਰੀ ਹੋਲਡਰ ਸੋਫਟਵੇਅਰ ਇੰਜੀਨੀਅਰਿੰਗ ਪ੍ਰੋਡਕਟ ਮੈਨੇਜਰ ਦੀ ਵਧੀਆ ਜੋਬ ਕਰਦਾ ਵੈਲ ਸੈਟਲਡ ਸੈਨ ਫਰਾਂਸਿਸਕੋ ਬੇ ਏਰੀਆ USA ਦੇ ਵਿੱਚ ਆਪਣਾ ਘਰ ਹੈ ਅਤੇ ਇਨੋਸੈਂਟ ਇਸ਼ੂਲੈਸ ਡਿਵੋਰਸ ਹੈ ਇਸ ਲੜਕੇ ਲਈ ਅਮੈਰੀਕਾ ਜਾਂ ਕੈਨੇਡਾ ਤੋਂ ਇੱਕ ਗੁਰਸਿੱਖ ਅੰਮ੍ਰਿਤਧਾਰੀ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ ਮੈਰਿਜ ਬਿਊਰੋ ਵਾਲੇ ਮੁਆਫ਼ ਕਰਨ ਵਧੇਰੇ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰ ਸਕਦੇ ਹੋ +1 510-281-7065 ਇਸ ਦੇ ਨਾਲ ਹੀ ਵਟਸਐਪ ਨੰਬਰ ਹੈ +9198993-79442 ਜਾਂ ਫਿਰ ਈਮੇਲ ID ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ cjsingh55@gmail.com ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਲੜਕੀ ਦੀ ਲੋੜ ਲਈ ਕੈਨੇਡੀਅਨ PR ਜੱਟ ਸਿੱਖ ਸੇਖੋਂ 1994 ਬੋਰਨ ਕੱਦ ਹੈ 6 ਫੁੱਟ 1 ਇੰਚ BTECH ਕਰਕੇ ਕਾਰ ਮਕੈਨਿਕ ਦੇ ਤੌਰ 'ਤੇ ਵਧੀਆ ਜੋਬ ਕਰ ਰਹੇ ਹੈਂਡਸਮ ਨਸ਼ਿਆਂ ਤੋਂ ਰਹਿਤ
ਪਰਿਵਾਰ ਦੇ ਨਾਲ ਰਹਿ ਰਹੇ ਲੜਕੇ ਲਈ ਘੱਟੋ ਘੱਟ 5 ਫੁੱਟ 6 ਇੰਚ ਕੱਦ ਵਾਲੀ ਪੜ੍ਹੀ ਲਿਖੀ ਕੈਨੇਡੀਅਨ PR ਜਾਂ ਵਰਕ ਪਰਮਿਟ 'ਤੇ ਕੰਮ ਕਰ ਰਹੀ ਜੱਟ ਸਿੱਖ ਪਰਿਵਾਰਕ ਲੜਕੀ ਦੀ ਲੋੜ ਹੈ। ਲੁਧਿਆਣਾ ਅਤੇ ਕੈਨੇਡਾ ਦੇ ਗ੍ਰੇਟਰ ਟੋਰੋਂਟੋ ਏਰੀਏ ਵਿੱਚ ਰਹਿਣ ਵਾਲੀ ਜਾਂ ਇੱਥੇ ਮੂਵ ਹੋਣ ਦੀ ਚਾਹਵਾਨ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਇੰਡੀਆ ਤੋਂ ਲੜਕੀ ਵਾਲੇ ਅਤੇ ਮੈਰਿਜ ਬਿਊਰੋ ਵਾਲੇ ਬਿਲਕੁਲ ਵੀ ਉਹਨਾਂ ਨੂੰ ਫੋਨ ਨਾ ਕਰਨ। ਵਧੇਰੇ ਜਾਣਕਾਰੀ ਲਈ ਵਟਸਐਪ ਨੰਬਰ ਹੈ ਜੀ 6476858219 ਜਾਂ ਇੰਡੀਆ ਦਾ ਨੰਬਰ ਹੈ +91 7814125665। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ ਕੈਨੇਡੀਅਨ ਜੰਮਪਲ ਜੱਟ ਸਿੱਖ ਖਰੋੜ, ਉਮਰ 25 ਸਾਲ, ਕੱਦ 5 ਫੁੱਟ 10 ਇੰਚ, ਨਸ਼ਿਆਂ ਤੋਂ ਰਹਿਤ, ਹੈਂਡਸਮ, ਵਕੀਲ ਲੜਕੇ ਲਈ ਕੈਨੇਡਾ ਤੋਂ ਮੈਡੀਕਲ ਫੀਲਡ, ਵਕੀਲ, CPA ਜਾਂ ਪ੍ਰੋਫੈਸ਼ਨਲੀ ਕੁਆਲੀਫਾਈਡ, ਸੋਨੀ, ਵੈਸ਼ਨੂ, ਪਰਿਵਾਰ ਨਾਲ ਰਹਿਣ ਦੀ ਚਾਹਵਾਨ ਗੁਰਸਿੱਖ ਲੜਕੀ ਦੀ ਲੋੜ ਹੈ। ਲੁਧਿਆਣਾ ਅਤੇ ਪਟਿਆਲਾ ਨਾਲ ਸੰਬੰਧਿਤ ਲੜਕੇ ਦਾ ਪਰਿਵਾਰ 1990 ਤੋਂ ਕੈਨੇਡਾ ਵਿੱਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਮੁਆਫ ਕਰਨ, ਹੋਰ ਜਾਣਕਾਰੀ ਦੇ ਲਈ ਫੋਨ ਕਰ ਸਕਦੇ ਹੋ 6475045800। ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਲੜਕੀ ਦੀ ਲੋੜ ਲਈ। ਕੈਨੇਡਾ 'ਚ 6 ਸਾਲ ਤੋਂ ਵਰਕ ਪਰਮਿਟ 'ਤੇ ਰਹਿੰਦੇ ਰਾਮਗੜੀਆ ਸਿੱਖ ਘਾਲੇ, 1985 ਬੋਰਨ, ਕੱਦ ਹੈ 5 ਫੁੱਟ 8 ਇੰਚ, ਹੈਂਡਸਮ, ਕਲੀਨ ਸ਼ੇਵ, ਕੰਸਟਰਕਸ਼ਨ ਦਾ ਕੰਮ ਕਰਦੇ, ਨਸ਼ਿਆਂ ਤੋਂ ਰਹਿਤ, ਨੈਵਰ ਮੈਰਿਡ, ਅਮੈਰੀਕਾ ਦਾ 10 ਸਾਲ ਦਾ ਵੀਜ਼ਾ ਹੋਲਡਰ ਲੜਕੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਸਿਟੀਜ਼ਨ ਜਾਂ ਇਮੀਗ੍ਰਾਂਟ ਪਰਿਵਾਰਕ ਲੜਕੀ ਦੀ ਲੋੜ ਹੈ। ਜਾਤ ਪਾਤ ਦਾ ਉਹਨਾਂ ਨੂੰ ਕੋਈ ਬੰਧਨ ਨਹੀਂ ਹੈ, ਪਰ ਰਾਮਗੜੀਆ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੀ 'ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਮੈਰਿਜ ਬਿਊਰੋ ਵਾਲੇ ਪਲੀਜ਼ ਉਹਨਾਂ ਨੂੰ ਸੰਪਰਕ ਨਾ ਕਰਨ। ਕੰਟੈਕਟ ਕਰਨ ਲਈ ਨੰਬਰ ਹੈ ਜੀ 7785523422। ਅਗਲਾ ਇਸ਼ਤਿਹਾਰ ਜੀ ਲੜਕੀ ਦੀ ਲੋੜ ਲਈ ਕੈਨੇਡਾ ਵਿੱਚ ਵਿਜ਼ਿਟਰ ਵੀਜ਼ੇ 'ਤੇ ਆਏ ਜੱਟ ਸਿੱਖ ਸੰਧੂ, 1996 ਬੋਰਨ, ਕੱਦ 6 ਫੁੱਟ 1 ਇੰਚ, ਇੰਡੀਆ ਵਿੱਚ ਆਪਣਾ ਪੀਜ਼ਾ ਦੇ ਵਧੀਆ ਬਿਜ਼ਨਸ ਕਰਦੇ, ਕਾਫੀ ਪ੍ਰੋਪਰਟੀ ਦੇ ਮਾਲਕ, ਹੈਂਡਸਮ, ਨਸ਼ਿਆਂ ਤੋਂ ਰਹਿਤ ਲੜਕੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਸਿਟੀਜ਼ਨ ਜਾਂ PR ਸੁਸ਼ੀਲ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ ਅਤੇ ਆਪਣਾ ਬਿਜ਼ਨਸ ਕਰਦੀ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮੁਆਫ ਕਰਨ, ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ 6478210203। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ ਕੈਨੇਡੀਅਨ ਸਿਟੀਜ਼ਨ ਰਾਮਗੜੀਆ ਸਿੱਖ, ਉਮਰ 35 ਸਾਲ, ਕੱਦ ਹੈ 6 ਫੁੱਟ, ਕੈਨੇਡੀਅਨ ਯੂਨੀਵਰਸਿਟੀ ਤੋਂ MTech, ਸਿਟੀ ਆਫ ਹੈਮਿਲਟਨ ਵਿੱਚ ਬੱਸ ਡਰਾਈਵਰ ਦੀ ਵਧੀਆ ਜੌਬ ਕਰ ਰਹੇ, ਵੈਸ਼ਨੂ, ਨਸ਼ਿਆਂ ਤੋਂ ਰਹਿਤ, ਹੈਂਡਸਮ ਲੜਕੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪੜ੍ਹੀ ਲਿਖੀ ਪਰਿਵਾਰਕ ਲੜਕੀ ਦੀ ਲੋੜ ਹੈ। ਜਾਤ ਪਾਤ ਦਾ ਉਹਨਾਂ ਨੂੰ ਵੀ ਕੋਈ ਬੰਧਨ ਨਹੀਂ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਤੰਗ ਨਾ ਕਰਨ। ਵਧੇਰੇ ਜਾਣਕਾਰੀ ਲਈ ਨੰਬਰ ਨੋਟ ਕਰ ਲਓ ਜੀ 1-343-333-8786 ਜਾਂ 4374601330 ਅਤੇ ਇੱਕ ਇੰਡੀਆ ਦਾ ਨੰਬਰ ਹੈ +91 9872927380। ਰਿਸ਼ਤਾ ਹੈ ਜੀ ਵਾਰ ਦੀ ਲੋੜ ਲਈ ਕੈਨੇਡੀਅਨ PR ਜੱਟ ਸਿੱਖ, 1991 ਬੋਰਨ, ਕੱਦ 5 ਫੁੱਟ 5 ਇੰਚ, BSc ਨਰਸਿੰਗ, ਹੋਸਪਿਟਲ ਵਿੱਚ ਰਜਿਸਟਰਡ ਨਰਸ ਦੀ ਵਧੀਆ ਜੌਬ ਕਰਦੀ, ਸੋਹਣੀ ਪਰਿਵਾਰਕ ਲੜਕੀ ਲਈ ਕੈਨੇਡਾ ਤੋਂ ਸਿਟੀਜ਼ਨ ਜਾਂ PR, ਪ੍ਰੋਫੈਸ਼ਨਲੀ ਕੁਆਲੀਫਾਈਡ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ, ਹੈਂਡਸਮ ਲੜਕੇ ਦੀ ਲੋੜ ਹੈ। ਮਾਲਵਾ ਏਰੀਆ ਅਤੇ ਓਨਟੈਰੀਓ ਅਤੇ ਕੈਲਗਰੀ ਦੇ ਲੜਕੇ ਨੂੰ ਪਹਿਲ ਦਿੱਤੀ ਜਾਵੇਗੀ। ਲੜਕੀ ਦੀ ਭੈਣ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ ਅਤੇ ਮਾਤਾ ਪਿਤਾ ਦਾ ਵੀ ਵੀਜ਼ਾ ਲੱਗਿਆ ਹੋਇਆ ਹੈ। ਮੈਰਿਜ ਬਿਊਰੋ ਵਾਲੇ ਮੁਆਫ ਕਰਨ, ਸੰਪਰਕ ਕਰਨ ਦੇ ਲਈ ਫੋਨ ਕਰ ਸਕਦੇ ਹੋ
289-821-4089 ਅਤੇ 403-672-1010। ਅਗਲਾ ਰਿਸ਼ਤਾ ਹੈ ਜੀ ਵਰਦੀ ਲੋੜ ਲਈ, ਕੈਨੇਡੀਅਨ ਪੀ ਆਰ ਜੱਟ ਸਿੰਘ ਗਿੱਲ, 1995 ਬੋਰਨ, ਕੱਦ ਹੈ 5'4", ਬੀ ਐੱਸ ਸੀ ਨਰਸਿੰਗ, ਹੋਸਪਿਟਲ ਵਿੱਚ ਆਰ ਐੱਨ ਦੀ ਵਧੀਆ ਜੋਬ ਕਰਦੀ, ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ, ਕੈਨੇਡਾ ਜਾਂ ਅਮੈਰੀਕਾ ਤੋਂ ਸਿਟੀਜ਼ਨ ਜਾਂ ਪੀ ਆਰ, ਪ੍ਰੋਫੈਸ਼ਨਲੀ ਕੁਆਲੀਫਾਈਡ, ਹੈਂਡਸਮ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲ ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ ਕੈਨੇਡਾ 'ਚ ਵੈੱਲ ਸੈਟਲ ਹੈ ਅਤੇ ਮੈਰਿਜ ਬਿਊਰੋ ਵਾਲੇ ਉਹਨਾਂ ਨੂੰ ਤੰਗ ਨਾ ਕਰਨ। ਕੰਟੈਕਟ ਕਰਨ ਲਈ ਨੰਬਰ ਹੈ ਜੀ 6475105254 ਜਾਂ ਇੱਕ ਇੰਡੀਆ ਦਾ ਨੰਬਰ ਹੈ +91 9463649175। ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ, ਕੈਨੇਡੀਅਨ ਪੀ ਆਰ ਜੱਟ ਸਿੱਖ ਗਰੇਵਾਲ, ਉਮਰ 33 ਸਾਲ, ਕੱਦ 6'1", ਬੀ ਏ, ਆਈ ਟੀ ਆਈ, ਇਸ ਸਮੇਂ ਆਪਣਾ ਟਰੱਕਿੰਗ ਦਾ ਵਧੀਆ ਬਿਜ਼ਨਸ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ, ਇੰਡੀਆ ਵਿੱਚ ਕਾਫੀ ਪ੍ਰੋਪਰਟੀ ਅਤੇ ਕੈਨੇਡਾ ਵਿੱਚ ਆਪਣੇ ਘਰ ਦੇ ਮਾਲਕ ਲੜਕੇ ਲਈ, ਕੈਨੇਡਾ ਤੋਂ ਸਿਟੀਜ਼ਨ ਜਾਂ ਪੀ ਆਰ ਜਾਂ ਵਰਕ ਪਰਮਿਟ 'ਤੇ ਕੈਨੇਡਾ ਆਈ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਵੈੱਲ ਸੈਟਲਡ ਹੈ, ਮੈਰਿਜ ਬਿਊਰੋ ਵਾਲੇ ਮਾਫ਼ ਕਰਨ, ਕਾਲ ਕਰ ਸਕਦੇ ਹੋ 6472424023 ਜਾਂ ਫਿਰ ਵਟਸਐਪ ਨੰਬਰ 'ਤੇ ਵੀ ਸੰਪਰਕ ਕਰ ਸਕਦੇ ਹੋ +91 8146144473। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ, ਅਮੈਰੀਕਾ ਵਿੱਚ 19 ਸਾਲ ਤੋਂ ਵੈੱਲ ਸੈਟਲਡ ਟੋਂਗ ਛੱਤਰੀ ਪਰਿਵਾਰ ਦਾ ਅਮੈਰੀਕਨ ਸਿਟੀਜ਼ਨ ਬੇਟਾ, ਉਮਰ 32 ਸਾਲ, ਕੱਦ ਹੈ 5'11", ਕੰਪਿਊਟਰ ਐਸੋਸੀਏਟ ਡਿਗਰੀ ਹੋਲਡਰ, ਵਧੀਆ ਜੋਬ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ, ਆਪਣੇ ਘਰ ਦੇ ਮਾਲਕ, ਵਿਆਹ ਤੋਂ ਕੁਝ ਸਮਾਂ ਬਾਅਦ ਬੇਕਸੂਰ ਤਲਾਕਸ਼ੁਦਾ ਲੜਕੇ ਲਈ, ਅਮੈਰੀਕਾ ਤੋਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ, ਪੜ੍ਹੀ ਲਿਖੀ ਸੋਹਣੀ ਪਰਿਵਾਰਕ ਪਰਿਵਾਰ ਦੇ ਨਾਲ ਰਹਿਣ ਦੀ ਚਾਹਵਾਨ ਲੜਕੀ ਦੀ ਲੋੜ ਹੈ। ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੀ 'ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ ਅਤੇ ਕੈਨੇਡਾ ਤੋਂ ਅਮੈਰੀਕਾ ਮੂਵ ਹੋਣ ਦੀ ਚਾਹਵਾਨ ਲੜਕੀ 'ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਤ ਪਾਤ ਦਾ ਕੋਈ ਬੰਧਨ ਨਹੀਂ ਹੈ, ਪਰ ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਤੰਗ ਨਾ ਕਰਨ। ਆਪਣੀ ਫੋਟੋ ਅਤੇ ਬਾਇਓਡਾਟਾ ਤੁਸੀਂ ਵਟਸਐਪ 'ਤੇ ਭੇਜ ਕੇ ਉਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ ਨੋਟ ਕਰ ਲਓ ਜੀ 1-7-1-6-6-2-2-6-7-0-0 ਜਾਂ 1-7-1-6-6-2-2-8-5-8-5। ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਲੜਕੀ ਦੀ ਲੋੜ ਲਈ, ਕੈਨੇਡੀਅਨ ਸਿਟੀਜ਼ਨ, ਸੋਫਟਵੇਅਰ ਇੰਜੀਨੀਅਰ, ਜੱਟ ਸਿੱਖ ਲੜਕਾ, ਉਮਰ 27 ਸਾਲ, ਜੋ ਕਿ ਅਮੈਰੀਕਾ ਦੀ ਇੱਕ ਵੱਡੀ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਹੈ, ਉਸ ਲਈ ਅਮੈਰੀਕਾ ਜਾਂ ਕੈਨੇਡਾ ਦੀ ਜੰਪਲ, ਉੱਚ ਸਿੱਖਿਆ ਪ੍ਰਾਪਤ ਅਤੇ ਵਧੀਆ ਜੋਬ ਕਰ ਰਹੀ ਲੜਕੀ ਦੀ ਲੋੜ ਹੈ। ਲੜਕਾ ਕੈਨੇਡਾ ਵਿੱਚ ਆਪਣੇ 2 ਘਰਾਂ ਦਾ ਮਾਲਕ ਹੈ, ਸੰਬੰਧਿਤ ਪਰਿਵਾਰ ਈਮੇਲ ਰਾਹੀਂ ਸੰਪਰਕ ਕਰ ਸਕਦੇ ਹਨ ਅਤੇ ਆਪਣਾ ਬਾਇਓਡਾਟਾ ਅਤੇ ਫੋਟੋਜ਼ ਭੇਜ ਸਕਦੇ ਹਨ jagjeet154singh@gmail.com ਜਾਂ ਫਿਰ ਤੁਸੀਂ ਕਾਲ ਕਰਕੇ ਸੰਪਰਕ ਕਰ ਸਕਦੇ ਹੋ 6043452500 ਜਾਂ ਫਿਰ 6049619235। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ, ਕੈਨੇਡੀਅਨ ਸਿਟੀਜ਼ਨ ਜੱਟ ਸਿੱਖ, 1990 ਬੋਰਨ, 5'10" ਕੱਦ, ਸਿਸਟਮ ਇੰਜੀਨੀਅਰ ਦੀ ਵਧੀਆ ਜੋਬ ਕਰਦੇ, ਨਸ਼ਿਆਂ ਤੋਂ ਰਹਿਤ, ਹੈਂਡਸਮ, ਨੈਵਰ ਮੈਰਿਡ ਲੜਕੇ ਲਈ, ਅਮੈਰੀਕਾ ਤੋਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ, ਪ੍ਰੋਫੈਸ਼ਨਲੀ ਕੁਆਲੀਫਾਈਡ, ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਕੈਲੀਫੋਰਨੀਆ USA ਵਿੱਚ ਰਹਿੰਦੀ ਜਾਂ ਮੂਵ ਹੋਣ ਦੀ ਚਾਹਵਾਨ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਲੜਕੇ ਦਾ ਪਰਿਵਾਰ ਕੈਲੀਫੋਰਨੀਆ ਵਿੱਚ ਵੈੱਲ ਸੈਟਲਡ ਹੈ, ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਸੰਪਰਕ ਕਰਨ ਲਈ ਨੰਬਰ ਹੈ ਜੀ 1-559-385-4016 ਜਾਂ 1-559-385-0745। ਅਗਲਾ ਰਿਸ਼ਤਾ ਹੈ ਲੜਕੀ ਦੀ ਲੋੜ ਲਈ,
ਕੈਨੇਡੀਅਨ ਬੀ ਆਰ ਜੱਟ ਸਿੱਖ 1990 ਬੋਰਨ ਕੱਦ 6'1", ਇੰਡੀਆ ਤੋਂ ਬੀ ਟੈਕ ਐਮ ਟੈਕ ਡਿਗਰੀ ਹੋਲਡਰ ਟਰੈਕਿੰਗ ਦੀ ਵਧੀਆ ਜੋਬ ਕਰਦੇ ਹੈਂਡਸਮ ਨਸ਼ਿਆਂ ਤੋਂ ਰਹਿਤ ਲੜਕੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਸਿਟੀਜ਼ਨ ਜਾਂ ਪੀ ਆਰ ਜਾਂ ਵਰਕ ਪਰਮਿਟ ਤੇ ਕੈਨੇਡਾ ਆਈ ਪ੍ਰੋਫੈਸ਼ਨਲੀ ਕੁਆਲੀਫਾਈਡ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਮਾਲਵਾ ਏਰੀਆ ਅਤੇ ਜੀ ਟੀ ਏ ਨੂੰ ਪਹਿਲ ਦਿੱਤੀ ਜਾਵੇਗੀ। ਲੜਕੇ ਦਾ ਪਰਿਵਾਰ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ +9186994763858 ਜਾਂ ਫਿਰ ਦੂਸਰਾ ਨੰਬਰ ਹੈ 1437230923। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡੀਅਨ ਜੰਪਲ ਜੱਟ ਸਿੱਖ, ਉਮਰ 39 ਸਾਲ, ਕੱਦ ਹੈ 6'1", ਨੈਵਰ ਮੈਰਿਡ, ਹੈਂਡਸਮ, ਬਿਜ਼ਨਸ ਡਿਗਰੀ ਹੋਲਡਰ, ਵਧੀਆ ਜੋਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਕਾਫੀ ਪ੍ਰੋਪਰਟੀ ਦੇ ਮਾਲਕ, ਇਕਲੌਤੇ ਲੜਕੇ ਲਈ ਕੈਨੇਡਾ ਤੋਂ ਸਿਟੀਜ਼ਨ ਜਾਂ ਪੀ ਆਰ, ਪੜ੍ਹੀ ਲਿਖੀ, ਸੋਹਣੀ, ਨੈਵਰ ਮੈਰਿਡ, ਘੱਟੋ ਘੱਟ 5'5" ਲੰਮੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ 45 ਸਾਲ ਤੋਂ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਵੈਲ ਸੈਟਲਡ ਹੈ। ਲੁਧਿਆਣਾ ਅਤੇ ਪਟਿਆਲੇ ਨੂੰ ਪਹਿਲ ਦਿੱਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਮਾਫ ਕਰਨ। ਐਲਬਰਟਾ ਦੇ ਟਾਈਮ ਮੁਤਾਬਕ ਸਵੇਰੇ 10 ਵਜੇ ਤੋਂ ਬਾਅਦ ਜਾਂ ਵੀਕਐਂਡ 'ਤੇ ਕਿਸੇ ਵੀ ਸਮੇਂ ਤੁਸੀਂ ਸੰਪਰਕ ਕਰ ਸਕਦੇ ਹੋ 1-780-461-8855 ਜਾਂ 1-780-937-4564। ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡੀਅਨ ਜੱਟ ਸਿੱਖ ਪਰਿਵਾਰ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਲ ਸੈਟਲਡ ਹੈ, ਉਹਨਾਂ ਨੂੰ ਆਪਣੇ ਕੈਨੇਡੀਅਨ ਜੰਪਲ ਬੇਟੇ, ਉਮਰ 28 ਸਾਲ, ਕੱਦ 5'10", ਨਸ਼ਿਆਂ ਤੋਂ ਰਹਿਤ, ਹੈਂਡਸਮ, ਡਾਕਟਰ, ਅਮੈਰੀਕਾ ਵਿੱਚ ਫਾਈਨਲ ਈਅਰ ਰੈਜ਼ੀਡੈਂਸੀ ਕਰਦੇ ਲੜਕੇ ਦੇ ਲਈ ਕੈਨੇਡਾ ਜਾਂ USA ਤੋਂ ਜੰਪਲ, ਪ੍ਰੋਫੈਸ਼ਨਲੀ ਕੁਆਲੀਫਾਈਡ, ਸੋਹਣੀ ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਆਪਣੀ ਫੋਟੋ ਅਤੇ ਬਾਇਓਡਾਟਾ ਈਮੇਲ 'ਤੇ ਭੇਜ ਸਕਦੇ ਹੋ bobtillo@shaw.ca ਜਾਂ ਕਾਲ ਕਰ ਸਕਦੇ ਹੋ 1-778-552-7747। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡੀਅਨ ਸਿਟੀਜ਼ਨ ਜੱਟ ਸਿੱਖ, ਉਮਰ 26 ਸਾਲ, ਕੱਦ ਹੈ 5'8", ਰਜਿਸਟਰਡ ਆਪਟੀਸ਼ੀਅਨ ਅਤੇ ਰੀਐਲਟਰ, ਆਪਣਾ ਓਪਥੈਲਮਿਕ ਆਈ ਕੇਅਰ ਕਲੀਨਿਕ ਚਲਾ ਰਹੇ ਅਤੇ ਬਰਲਿੰਗਟਨ ਓਨਟੈਰੀਓ ਵਿੱਚ ਆਪਣੇ ਘਰ ਦੇ ਮਾਲਕ, ਸਾਲਾਨਾ 1,75,000 ਕਮਾ ਰਹੇ ਲੜਕੇ ਲਈ, ਪੜ੍ਹੀ ਲਿਖੀ, ਸੋਹਣੀ, ਹੰਬਲ, ਡਾਊਨ ਟੂ ਅਰਥ, ਪਰਿਵਾਰਕ, ਸਿੱਖੀ ਨੂੰ ਅਪਣਾਉਣ ਦੀ ਚਾਹਵਾਨ ਲੜਕੀ ਦੀ ਲੋੜ ਹੈ। ਆਪਟੀਸ਼ੀਅਨ ਜਾਂ ਆਪਟੋਮੈਟ੍ਰਿਸਟ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ, ਪਰ ਹੋਰ ਲੜਕੀਆਂ ਵੀ ਸੰਪਰਕ ਕਰ ਸਕਦੀਆਂ ਹਨ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ ਕਰਨ। ਵਧੇਰੇ ਜਾਣਕਾਰੀ ਲਈ ਕਾਲ ਕਰੋ 6-4-7-5-4-0-2-1-1-9। ਲੜਕੀ ਦਾ ਪਰਿਵਾਰ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ 6479670186 ਜਾਂ ਫਿਰ 6479728310। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਜੱਟ ਸਿੱਖ ਗਰੇਵਾਲ ਪਰਿਵਾਰ ਨੂੰ ਆਪਣੇ ਕੈਨੇਡੀਅਨ ਜੰਪਲ ਬੇਟੇ ਲਈ ਲੜਕੀ ਦੀ ਲੋੜ ਹੈ। ਬੇਟੇ ਦੀ ਉਮਰ ਹੈ 32 ਸਾਲ, ਕੱਦ ਹੈ 5'10", ਵਾਟਰਲੂ ਯੂਨੀਵਰਸਿਟੀ ਤੋਂ BA ਕੀਤਾ ਹੈ ਅਤੇ ਇੰਗਲੈਂਡ ਤੋਂ LLB ਕੀਤੀ ਹੈ। ਇਸ ਸਮੇਂ ਲੜਕਾ ਬਹੁਤ ਵੱਡੀ ਬੈਂਕ ਵਿੱਚ ਵਧੀਆ ਜੋਬ ਕਰ ਰਿਹਾ ਹੈ।
ਤੇ ਲੜਕੇ ਦੇ ਪਰਿਵਾਰ ਦੇ ਆਪਣੇ ਬਿਜ਼ਨਸ ਹਨ ਕੈਨੇਡਾ 'ਚ, ਪਰਿਵਾਰ ਸਾਰਾ ਵੈਲ ਸੈਟਲਡ ਹੈ। ਲੜਕੀ ਚਾਹੀਦੀ ਹੈ ਜੋ ਕਿ ਕੈਨੇਡਾ ਤੋਂ ਦੀ ਜੰਪਲ ਹੋਵੇ ਜਾਂ ਛੋਟੀ ਹੁੰਦੀ ਆਈ ਹੋਵੇ, ਪ੍ਰੋਫੈਸ਼ਨਲੀ ਕੁਆਲੀਫਾਈਡ, ਸੋਹਣੀ ਸੁਨੱਖੀ ਅਤੇ ਪਰਿਵਾਰਕ ਹੋਵੇ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਪਰਿਵਾਰ ਨਾਲ ਸੰਪਰਕ ਕਰਨ ਲਈ ਨੰਬਰ ਨੋਟ ਕਰ ਲਓ ਜੀ, 2896525425। ਤਾਂ ਇਹ ਸੀ ਅੱਜ ਦਾ ਸਾਡਾ ਵਿਚੋਲਾ ਪ੍ਰੋਗਰਾਮ, ਐਪੀਸੋਡ ਨੰਬਰ 397। ਅੱਜ ਬਹੁਤ ਸਾਰੇ ਨਵੇਂ ਰਿਸ਼ਤੇ ਆਏ ਸੀ ਇਸ ਪ੍ਰੋਗਰਾਮ ਦੇ ਵਿੱਚ, ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਸਾਨੂੰ ਕੋਈ ਰਿਸ਼ਤਾ ਨੋਟ ਕਰਵਾਉਣਾ ਚਾਹੁੰਦੇ ਹੋ, ਕਿਸੇ ਦੀ ਐਡ ਦੇਣੀ ਚਾਹੁੰਦੇ ਹੋ ਜਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹੁੰਦੇ ਹੋ, ਉਹਦੇ ਲਈ ਵੀ ਸਾਡੇ ਨਾਲ ਸਾਡੇ ਦਿੱਤੇ ਗਏ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੀ ਸਾਡੇ ਦੋ ਆਫਿਸ ਨੇ, ਉੱਥੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸਾਡਾ ਮੋਹਾਲੀ ਵਾਲਾ ਆਫਿਸ ਖੁੱਲ੍ਹਾ ਹੁੰਦਾ ਹੈ ਮੰਡੇ ਟੂ ਸੈਟਰਡੇ 9 to 5, ਅਤੇ ਟੋਰੋਂਟੋ ਵਾਲਾ ਆਫਿਸ ਖੁੱਲ੍ਹਾ ਹੁੰਦਾ ਹੈ ਮੰਡੇ ਟੂ ਫਰਾਈਡੇ 10 to 5। ਤੁਸੀਂ ਜਦੋਂ ਮਰਜ਼ੀ ਆ ਕੇ ਸਾਨੂੰ ਮਿਲ ਸਕਦੇ ਹੋ, ਜਾਂ ਫੋਨ 'ਤੇ ਵੀ ਸਾਰੀ ਗੱਲਬਾਤ ਹੋ ਜਾਂਦੀ ਹੈਗੀ। ਅਤੇ ਤੁਸੀਂ ਆਪਣਾ ਰਿਸ਼ਤਾ ਆਪਣੇ ਬੱਚਿਆਂ ਲਈ, ਆਪਣੇ ਰਿਸ਼ਤੇਦਾਰਾਂ ਲਈ, ਕਿਸੇ ਲਈ ਵੀ ਰਿਸ਼ਤਾ ਦੇ ਵੀ ਸਕਦੇ ਹੋ ਐਡ, ਅਤੇ ਰਿਸ਼ਤਾ ਲੱਭ ਵੀ ਸਕਦੇ ਹੋਗੇ। ਬਿਲਕੁਲ। ਸੋ ਅੱਜ ਲਈ ਸਾਨੂੰ ਦਿਓ ਇਜਾਜ਼ਤ, ਅਗਲੇ ਹਫ਼ਤੇ ਹੋਰ ਨਵੇਂ ਰਿਸ਼ਤੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।